ਅੱਜ ਦੇ ਸਮੇਂ 'ਚ ਜਿੱਥੇ ਹਰ ਨਵੀਂ ਪੰਜਾਬੀ ਫਿਲਮ ਦੇ ਨਾਲ ਇੱਕ ਨਵੀਂ ਹੀਰੋਇਨ ਦਾ ਚਿਹਰਾ ਦੇਖਣ ਨੂੰ ਮਿਲਦਾ ਹੈ, ਉੱਥੇ ਹੀ 80 ਤੇ 90 ਦੇ ਦਹਾਕੇ ਵਿੱਚ ਸਿਰਫ ਪ੍ਰੀਤੀ ਸਪਰੂ, ਦਲਜੀਤ ਕੌਰ, ਮਨਜੀਤ ਕੁਲਾਰ ਤੇ ਰਮਾ ਵਿਜ ਦਾ ਹੀ ਰਾਜ ਸੀ। ਤੇ ਅੱਜ ਗੱਲ ਕਰਾਂਗੇ ਮਨਜੀਤ ਕੁਲਾਰ ਦੇ ਬਾਰੇ, ਜਿਨ੍ਹਾਂ ਦੀਆਂ ਫਿਲਮਾਂ ਤੇ ਹੰਸਰਾਜ ਹੰਸ ਦੇ ਗੀਤ ਨੱਚੀ ਜੋ ਸਾਡੇ ਨਾਲ ਵਿੱਚ। ਮਨਜੀਤ ਨੂੰ ਦੇਖ ਕੇ ਪੁਰਾਣੀਆਂ ਯਾਦਾਂ ਅੱਜ ਵੀ ਤਾਜ਼ਾ ਹੋ ਜਾਂਦੀਆਂ ਨੇ। ਜਾਣਾਂਗੇ ਉਹਨਾਂ ਦੀ ਲਾਈਫ, ਫੈਮਿਲੀ ਸਟਰਗਲ ਦੇ ਬਾਰੇ ਤੇ ਫਿਲਮਾਂ ਤੋਂ ਦੂਰ ਕਿਉਂ ਹੋਏ ਇਸ ਬਾਰੇ। ਦੋਸਤੋ, ਪ੍ਰੀਤੀ ਸਪਰੂ ਦੇ ਦਲਜੀਤ ਕੌਰ ਜੀ ਬਾਰੇ ਜੇ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਉੱਪਰ ਦਿੱਤੇ ਆਈ ਬਟਨ 'ਤੇ ਕਲਿੱਕ ਕਰਕੇ ਦੇਖ ਸਕਦੇ ਹੋ। ਮੇਰੇ ਯਾਨੀ ਕਿ ਗਗਨਦੀਪ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਮੂਵੀਜ਼ ਅੱਡਾ ਯੂਟਿਊਬ ਚੈਨਲ। ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਜੇ ਤੁਸੀਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਨੀਚੇ ਦਿੱਤੇ ਰੈੱਡ ਬਟਨ 'ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਨਾਲ ਹੀ ਬੈੱਲ ਆਈਕਨ 'ਤੇ ਪ੍ਰੈਸ ਕਰ ਲਵੋ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ। ਅਤੇ ਜਿਨ੍ਹਾਂ ਨੇ ਵੀ ਮਨਜੀਤ ਕੁਲਾਰ ਦੀ ਫਿਲਮਾਂ ਦੇਖੀਆਂ ਹੈ ਉਹ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣ ਅਤੇ ਆਪਣੀ ਫੇਵਰੇਟ ਫਿਲਮ ਦਾ ਨਾਮ ਕਮੈਂਟ ਰਾਹੀਂ ਜ਼ਰੂਰ ਦੱਸਣ। ਅਸੀਂ ਪੰਜਾਬੀ ਖੇਤਰ ਨਾਲ ਜੁੜੇ ਸਿਤਾਰਿਆਂ ਬਾਰੇ ਜਾਣਕਾਰੀ ਅਤੇ ਉਹਨਾਂ ਦੀ ਬਾਇਓਗ੍ਰਾਫੀਜ਼ ਲੈ ਕੇ ਆਉਂਦੇ ਰਹਿੰਦੇ ਹਾਂ, ਤੁਸੀਂ ਉੱਪਰ ਦਿੱਤੇ ਆਈ ਬਟਨ 'ਤੇ ਕਲਿੱਕ ਕਰਕੇ ਦੇਖ ਸਕਦੇ ਹੋ। ਸੋ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ। ਮੁੰਬਈ ਵਿੱਚ ਜੰਮੀ ਮਨਜੀਤ ਕੁਲਾਰ ਜਿਸ ਸਮੇਂ ਸਕੂਲ ਦੇ ਵਿੱਚ ਪੜ੍ਹ ਰਹੇ ਸੀ ਤਾਂ ਉਹਨਾਂ ਨੂੰ ਉਸ ਸਮੇਂ ਫਿਲਮਾਂ ਦੇ ਔਫਰ ਮਿਲਣੇ ਸ਼ੁਰੂ ਹੋ ਗਏ। ਮੁੰਬਈ ਫਿਲਮ ਇੰਡਸਟਰੀ ਦੇ ਵਿੱਚ ਕੰਮ ਕਰਨ ਵਾਲੇ ਇੱਕ ਸ਼ਖਸ ਨੇ ਮਨਜੀਤ ਨੂੰ ਫਿਲਮਾਂ ਦੇ ਵਿੱਚ ਕੰਮ ਕਰਨ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਉਹਨਾਂ ਨੇ ਡਾਂਸ ਸਿੱਖਣਾ ਸ਼ੁਰੂ ਕੀਤਾ ਕਿਉਂਕਿ ਪਰਿਵਾਰ ਨੇ ਵੀ ਉਹਨਾਂ ਨੂੰ ਫਿਲਮਾਂ ਦੇ ਵਿੱਚ ਕੰਮ ਕਰਨ ਦੀ ਪਰਮਿਸ਼ਨ ਦੇ ਦਿੱਤੀ ਸੀ। ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਇੰਡਸਟਰੀ ਦੇ ਵਿੱਚ ਆਉਣ ਤੋਂ ਬਾਅਦ ਬਹੁਤ ਸਾਰੇ ਲੋਕ ਆਪਣਾ ਨਾਮ ਬਦਲ ਲੈਂਦੇ ਹੈ, ਸੋ ਇੰਡਸਟਰੀ ਦੇ ਕੁਝ ਲੋਕਾਂ ਨੇ ਇਹੀ ਸੁਝਾਅ ਮਨਜੀਤ ਨੂੰ ਵੀ ਦਿੱਤਾ ਪਰ ਉਹਨਾਂ ਨੇ ਨਾਮ ਬਦਲਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਕਹਿੰਦੇ ਨੇ ਕਿ ਇਹ ਨਾਮ ਉਹਨਾਂ ਦੇ ਘਰਦਿਆਂ ਨੇ ਰੱਖਿਆ, ਸੋ ਮੈਂ ਆਪਣਾ ਨਾਮ ਨਹੀਂ ਬਦਲਣਾ ਚਾਹੁੰਦੀ ਸੀ। ਜਲਦੀ ਹੀ ਬਿਨਾਂ ਕਿਸੇ ਸਟਰਗਲ ਤੋਂ ਮਨਜੀਤ ਕੁਲਾਰ ਨੂੰ ਆਪਣੀ ਪਹਿਲੀ ਬਾਲੀਵੁੱਡ ਦੀ ਫਿਲਮ ਮਿਲ ਗਈ ਜਿਸ ਵਿੱਚ ਉਹਨਾਂ ਦੇ ਹੀਰੋ ਮਿਥੁਨ ਚੱਕਰਵਰਤੀ ਸੀ। ਇਸ ਫਿਲਮ ਦਾ ਨਾਮ ਸੀ ਸੂਚਨਾ, ਪਰ ਫਿਲਮ ਦੇ ਕੁਝ ਦਿਨ ਦੇ ਸ਼ੂਟ ਤੋਂ ਬਾਅਦ ਹੀ ਇਹ ਫਿਲਮ ਬੰਦ ਹੋ ਗਈ। ਇਹ ਉਹੀ ਸਮਾਂ ਸੀ ਜਿਸ ਸਮੇਂ ਇੰਡਸਟਰੀ ਦੇ ਵਿੱਚ ਜੂਹੀ ਚਾਵਲਾ ਅਤੇ ਮਾਧੁਰੀ ਦੀਕਸ਼ਿਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਪਹਿਲੀ ਫਿਲਮ ਬੰਦ ਹੋਣ ਤੋਂ ਬਾਅਦ ਮਨਜੀਤ ਕੁਲਾਰ ਨੂੰ ਹੋਰ ਫਿਲਮਾਂ ਦੇ ਔਫਰ ਮਿਲ ਗਏ ਜਿਵੇਂ ਕਿ ਮਿਸਾਲ, ਮੁਹੱਬਤ ਕੇ ਦੁਸ਼ਮਨ, ਲੁਟੇਰਾ ਸੁਲਤਾਨ, ਪਰ ਇਹਨਾਂ ਫਿਲਮਾਂ ਦੇ ਨਾਲ ਉਹਨਾਂ ਦੀ ਕੋਈ ਖਾਸ ਪਹਿਚਾਣ ਨਹੀਂ ਬਣੀ। ਮਨਜੀਤ ਕੁਲਾਰ ਦੀ ਪਹਿਚਾਣ ਜਿਸ ਫਿਲਮ ਦੇ ਨਾਲ ਬਣੀ ਉਹ ਸੀ 1990 ਵਿੱਚ ਆਈ ਹਿੰਦੀ ਹੋਰਰ ਫਿਲਮ ਬੰਦਰਵਾਜ਼ਾ। ਇਹ ਫਿਲਮ ਰਾਮਸੇ ਬ੍ਰਦਰਸ ਨੇ ਬਣਾਈ ਸੀ ਜਿਨ੍ਹਾਂ ਦਾ ਬਾਲੀਵੁੱਡ ਦੇ ਵਿੱਚ ਬਹੁਤ ਵੱਡਾ ਨਾਮ ਰਹਿ ਚੁੱਕਾ ਹੈ। ਬੰਦਰਵਾਜ਼ਾ ਫਿਲਮ ਦੇ ਵਿੱਚ ਮਨਜੀਤ ਕੁਲਾਰ ਨੂੰ ਲੀਡ ਰੋਲ ਦੇ ਵਿੱਚ ਲਿਆ ਗਿਆ ਅਤੇ ਇਹ ਫਿਲਮ ਸੁਪਰਹਿੱਟ ਰਹੀ। ਬੰਦਰਵਾਜ਼ਾ ਫਿਲਮ ਦੇ ਨਾਲ ਨਾਮ ਬਣਨ ਤੋਂ ਬਾਅਦ ਮਨਜੀਤ ਕੁਲਾਰ ਨੂੰ ਕੁਝ ਵੱਡੇ ਬਜਟ ਦੀਆਂ ਫਿਲਮਾਂ ਦੇ ਔਫਰ ਮਿਲੇ ਜਿਵੇਂ ਕਿ ਮਿਸਟਰ ਬੌਂਡ, ਯਲਗਾਰ, ਇੱਕੇ ਪੇ ਇੱਕਾ, ਮਾਹਿਰ ਅਤੇ ਦਿਲ ਕਾ ਕਿਆ ਕਸੂਰ। ਹੁਣ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਮਨਜੀਤ ਕੁਲਾਰ ਨੂੰ ਪੰਜਾਬੀ ਇੰਡਸਟਰੀ ਦੇ ਵਿੱਚ ਆਉਣ ਦਾ ਮੌਕਾ ਮਿਲਿਆ। ਬਾਲੀਵੁੱਡ ਦੀਆਂ ਇਹਨਾਂ ਫਿਲਮਾਂ ਦੇ ਵਿੱਚ ਕੰਮ ਕਰਨ ਤੋਂ ਬਾਅਦ ਮਨਜੀਤ ਕੁਲਾਰ ਨੂੰ ਇੱਕ ਪੰਜਾਬੀ ਗਾਣਾ ਔਫਰ ਹੋਇਆ। ਇਹ ਗਾਣਾ ਦੂਰਦਰਸ਼ਨ 'ਤੇ ਚਲਾਇਆ ਗਿਆ ਜਿਸ ਦਾ ਨਾਮ ਸੀ ਜੁਗਨੀ। ਇਸ ਗਾਣੇ ਨੂੰ ਪੰਜਾਬੀ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ। ਇਸ ਗਾਣੇ ਦੇ ਨਾਲ ਹੀ ਮਨਜੀਤ ਕੁਲਾਰ ਨੂੰ ਵੀ ਪੰਜਾਬੀ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਅਤੇ ਜਲਦੀ ਹੀ ਉਹਨਾਂ ਨੂੰ ਪੰਜਾਬੀ ਫਿਲਮ ਦਾ ਔਫਰ ਮਿਲ ਗਿਆ। ਇਹ ਫਿਲਮ ਸੀ ਜੱਟ ਜਿਉਣਾ ਮੋੜ। ਇਸ ਫਿਲਮ ਦੇ ਵਿੱਚ ਗੁੱਗੂ ਗਿੱਲ ਨੇ ਜਿਉਣਾ ਮੋੜ ਦਾ ਕਿਰਦਾਰ ਨਿਭਾਇਆ ਜੋ ਕਿ ਸਾਲ 1991 ਦੇ ਵਿੱਚ ਰਿਲੀਜ਼ ਹੋਈ। ਮਨਜੀਤ ਦੱਸਦੇ ਨੇ ਕਿ ਇਸ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਉਹ ਵਾਪਸ ਮੁੰਬਈ ਚਲੇ ਗਏ। ਉਹਨਾਂ ਨੂੰ ਨਹੀਂ ਪਤਾ ਸੀ ਕਿ ਇਹ ਫਿਲਮ ਬਹੁਤ ਵੱਡੀ ਹਿੱਟ ਹੋਏਗੀ। ਇਸ ਗੱਲ ਦਾ ਪਤਾ ਉਹਨਾਂ ਨੂੰ ਉਸ ਵੇਲੇ ਲੱਗਾ ਜਦੋਂ ਇਹ ਫਿਲਮ ਹਿੱਟ ਹੋਣ ਤੋਂ ਬਾਅਦ ਉਹਨਾਂ ਨੂੰ ਇਕੱਠੇ 5-6 ਪੰਜਾਬੀ ਫਿਲਮਾਂ ਦੇ ਔਫਰ ਆ ਗਏ। ਇਸ ਤੋਂ ਬਾਅਦ ਮਨਜੀਤ ਕੁਲਾਰ ਨੇ ਮਿਰਜ਼ਾ ਜੱਟ, ਜਿੱਦ ਜੱਟਾਂ ਦੀ, ਵੈਰੀ, ਬਗਾਵਤ, ਜੈਲਦਾਰ, ਦੇਸੋਂ ਪਰਦੇਸੋਂ, ਪਛਤਾਵਾ, ਮੈਂ ਮਾਂ ਪੰਜਾਬ ਦੀ ਅਤੇ ਮੁਕੱਦਰ ਵਰਗੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ। ਇਹਨਾਂ ਫਿਲਮਾਂ ਨਾਲ ਮਨਜੀਤ ਕੁਲਾਰ ਪੰਜਾਬੀ ਦਰਸ਼ਕਾਂ ਦੀ ਹਰਮਨ ਪਿਆਰੀ ਹੀਰੋਇਨ ਬਣ ਗਈ ਅਤੇ ਮਨਜੀਤ ਕੁਲਾਰ ਕਹਿੰਦੇ ਨੇ ਕਿ ਉਹਨਾਂ ਨੂੰ ਇੰਨਾ ਪਿਆਰ ਬਾਲੀਵੁੱਡ ਦੇ ਵਿੱਚ ਨਹੀਂ ਮਿਲਿਆ ਜਿੰਨਾ ਉਹਨਾਂ ਨੂੰ ਆਪਣੀ ਮਾਂ ਬੋਲੀ ਦੀਆਂ ਫਿਲਮਾਂ ਦੇ ਵਿੱਚ ਕੰਮ ਕਰਨ ਤੋਂ ਬਾਅਦ ਪੰਜਾਬੀ ਦਰਸ਼ਕਾਂ ਨੇ ਦਿੱਤਾ। ਬਾਲੀਵੁੱਡ ਦੇ ਵਿੱਚ ਅਕਸ਼ੇ ਕੁਮਾਰ ਦੇ ਨਾਲ ਧੜਕਨ ਫਿਲਮ ਤੋਂ ਬਾਅਦ ਮਨਜੀਤ ਕੁਲਾਰ ਨੇ ਫਿਲਮਾਂ ਤੋਂ ਬ੍ਰੇਕ ਲੈ ਲਈ ਕਿਉਂਕਿ ਉਸ ਦੌਰਾਨ ਉਹਨਾਂ ਦਾ ਵਿਆਹ ਬਿਜ਼ਨਸਮੈਨ ਸੁਨੀਲ ਮੇਹਰ ਦੇ ਨਾਲ ਹੋ ਚੁੱਕਾ ਸੀ। ਉਸ ਸਮੇਂ ਉਹ ਮਾਂ ਬਣਨ ਵਾਲੇ ਸੀ। ਮਾਂ ਬਣਨ ਤੋਂ ਬਾਅਦ ਜਦੋਂ ਉਹਨਾਂ ਦੀ ਬੇਟੀ ਨੇ ਸਕੂਲ ਜਾਣਾ ਸ਼ੁਰੂ ਕੀਤਾ ਤਾਂ ਉਹਨਾਂ ਨੇ ਪੰਜਾਬੀ ਫਿਲਮ ਮਹਿੰਦੀ ਵਾਲੇ ਹੱਥ ਵਿੱਚ ਕੰਮ ਕੀਤਾ।
ਇਸ ਫਿਲਮ ਦੇ ਵਿੱਚ ਉਹਨਾਂ ਦੇ ਕੀਤੇ ਕੰਮ ਨੂੰ ਅੱਜ ਤੱਕ ਯਾਦ ਕੀਤਾ ਜਾਂਦਾ ਹੈ ਕਿਉਂਕਿ ਇਸ ਫਿਲਮ ਦੇ ਵਿੱਚ ਇਹ ਮਨਜੀਤ ਲਈ ਇੱਕ ਨਵਾਂ ਰੋਲ ਸੀ ਤੇ ਇਸ ਨੂੰ ਨਿਭਾਉਣ ਤੋਂ ਬਾਅਦ ਮਨਜੀਤ ਨੂੰ ਵੀ ਕਾਫੀ ਖੁਸ਼ੀ ਹੋਈ। ਫਿਲਮ ਦੇ ਵਿੱਚ ਕੰਮ ਕਰਨ ਦੇ ਨਾਲ ਨਾਲ ਕੁਝ ਹਿੰਦੀ ਸੀਰੀਅਲਸ ਦੇ ਵਿੱਚ ਵੀ ਕੰਮ ਕੀਤਾ। ਪਹਿਲਾਂ ਬੇਟੀ ਦੇ ਜਨਮ ਤੋਂ ਬਾਅਦ ਦੂਸਰੀ ਵਾਰ ਮਾਂ ਬਣਨ ਤੇ ਮਨਜੀਤ ਕੁਲਾਰ ਨੇ ਹਮੇਸ਼ਾ ਲਈ ਇੰਡਸਟਰੀ ਨੂੰ ਛੱਡ ਦਿੱਤਾ। ਮਨਜੀਤ ਕਹਿੰਦੇ ਨੇ ਕਿ ਉਹ ਆਪਣੇ ਬੱਚਿਆਂ ਨੂੰ ਵੱਡਾ ਹੁੰਦੇ ਦੇਖ ਖੁਸ਼ ਨੇ ਤੇ ਉਹਨਾਂ ਦੇ ਪਤੀ ਦੇ ਬਿਜ਼ਨਸ ਦੇ ਵਿੱਚ ਹੀ ਉਹਨਾਂ ਨੇ ਵੀ ਦਿਲਚਸਪੀ ਲੈਣੀ ਸ਼ੁਰੂ ਕਰਤੀ ਤੇ ਇੰਡਸਟਰੀ ਤੋਂ ਦੂਰ ਹੋ ਗਏ। ਇੱਥੇ ਤੁਹਾਨੂੰ ਦੱਸਣਾ ਚਾਹੂੰਗਾ ਕਿ ਉਹਨਾਂ ਦੇ ਪਤੀ ਸੁਨੀਲ ਮੇਹਰ ਜੀ ਦਾ ਆਡੀਓ ਵੀਡੀਓ ਵਿਜ਼ੂਅਲਸ ਦਾ ਬਿਜ਼ਨਸ ਹੈ। ਇਹ ਸੀ ਦੋਸਤੋ ਸੁਪਰ ਹਿੱਟ ਪੰਜਾਬੀ ਫਿਲਮਾਂ ਦੇਣ ਵਾਲੀ ਪੰਜਾਬੀ ਐਕਟਰੈਸ ਮਨਜੀਤ ਕੁਲਾਰ ਜੀ ਬਾਰੇ ਜਾਣਕਾਰੀ। ਹੁਣ ਤੁਹਾਨੂੰ ਦੱਸਦੇ ਹਾਂ ਉਹਨਾਂ ਦੇ ਬਾਰੇ ਕੁਝ ਹੋਰ ਇੰਟਰਸਟਿੰਗ ਫੈਕਟਸ। ਮਨਜੀਤ ਕੁਲਾਰ ਦੀ ਪੰਜਾਬੀ ਫਿਲਮ ਮੈਂ ਮਾਂ ਪੰਜਾਬ ਦੀ ਨੂੰ ਨੈਸ਼ਨਲ ਅਵਾਰਡ ਦੇ ਨਾਲ ਨਵਾਜ਼ਿਆ ਗਿਆ ਹੈ। 1990 ਦੇ ਦੌਰਾਨ ਦੂਰਦਰਸ਼ਨ ਤੇ ਆਉਣ ਵਾਲੇ ਬੱਚਿਆਂ ਦੇ ਮਸ਼ਹੂਰ ਸੀਰੀਅਲ ਸ਼ਕਤੀਮਾਨ ਦੇ ਵਿੱਚ ਵੀ ਮਨਜੀਤ ਕੁਲਾਰ ਕੰਮ ਕਰ ਚੁੱਕੇ ਨੇ। ਸ਼ਕਤੀਮਾਨ ਦੇ ਨਾਲ ਨਾਲ ਦੂਰਦਰਸ਼ਨ ਦੇ ਹੋਰ ਸੀਰੀਅਲਸ ਜਿਵੇਂ ਕਿ ਦਾਸਤਾਨ ਏ ਹਾਤਿਮਤਾਈ, ਓਮ ਨਮਃ ਸ਼ਿਵਾਏ, ਜ਼ਿੰਬੋ, ਮਹਿੰਦੀ ਤੇਰੇ ਨਾਮ ਕੀ ਤੇ ਆਰਿਆਮਾਨ ਬ੍ਰਹਮਾਂਡ ਕਾ ਯੋਧਾ ਦੇ ਵਿੱਚ ਵੀ ਨਜ਼ਰ ਆ ਚੁੱਕੇ ਨੇ। ਸੋ ਦੋਸਤੋ ਉਮੀਦ ਕਰਦੇ ਹਾਂ ਕਿ ਮਨਜੀਤ ਕੁਲਾਰ ਜੀ ਬਾਰੇ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਣੀ ਹੈ। ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਵਧੀਆ ਲੱਗੀ ਤਾਂ ਕਮੈਂਟ ਦੇ ਨਾਲ ਨਾਲ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਔਰ ਜੇ ਪਸੰਦ ਨਹੀਂ ਆਈ ਤਾਂ ਵੀਡੀਓ ਨੂੰ ਡਿਸਲਾਈਕ ਕਰਨ ਦੇ ਨਾਲ ਨਾਲ ਕਾਰਨ ਵੀ ਜ਼ਰੂਰ ਦੱਸਿਓ ਤਾਂ ਜੋ ਅੱਗੇ ਤੋਂ ਉਸ ਗੱਲ ਦਾ ਧਿਆਨ ਰੱਖ ਸਕੀਏ। ਵੀਡੀਓ ਵਿੱਚ ਕੋਈ ਜਾਣਕਾਰੀ ਗਲਤ ਹੋਵੇ ਜਾਂ ਜ਼ਰੂਰੀ ਜਾਣਕਾਰੀ ਰਹਿ ਗਈ ਹੋਵੇ ਤਾਂ ਵੀ ਕਮੈਂਟ ਰਾਹੀਂ ਸਾਂਝੀ ਜ਼ਰੂਰ ਕਰਿਓ। ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ। ਮਿਲਦੇ ਹਾਂ ਅਗਲੀ ਵੀਡੀਓ ਵਿੱਚ ਇੱਕ ਨਵੀਂ ਜਾਣਕਾਰੀ ਦੇ ਨਾਲ। ਉਦੋਂ ਤੱਕ ਜੁੜੇ ਰਹੋ ਚੈਨਲ ਦੇ ਨਾਲ। ਚੈਨਲ ਅਪਡੇਟਸ ਲਈ ਪੰਜਾਬੀ ਮੂਵੀਜ਼ ਅੱਡਾ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਪਹਿਲਾਂ ਨੋਟੀਫਿਕੇਸ਼ਨ ਲੈਣ ਲਈ ਬੈੱਲ ਆਈਕਨ 'ਤੇ ਪ੍ਰੈਸ ਕਰੋ।